यूएसए को मन जाना है तब वीजा ऑफिस कॉल करो, क्योंकि सिर्फ 80 लवा रहे हैं पूरे 10 साल का यूएसए टूरिस्ट वीजा। कॉल 90410 90410, बोलना नहीं 90410 90410। मुंडे पग्गां पोच के आ गए, नाल मुछां खुंडियां कराइयां, कुड़ियां ने भी अत कराई, बन के डारां आईयां, गीत संगीत दी महफल लगी ते मेहर करी मेरे साइयां, विच लुधियाणे ने के एच डी ने रौनकां लाइयां, विच लुधियाणे दे के एच डी ने रौनकां लाइयां। सत श्री अकाल, नमस्ते, आदाब दोस्तों, मैं थोड़ा अपना जग्गी सिद्धू ते तुहाडा टैलेंट दे महासंग्राम दे क्वार्टर फाइनल राउंड विच थोड़ा स्वागत करदा हाँ जी, आया आखदा हाँ। हाँ जी, आओ आपां गल करदे हाँ अज दे ना पार्टिसिपेंट नाल। हाँ जी, तुहाडा की नाम है जी? हनी सबरवाल। हनी सबरवाल? अच्छा, हनी सबरवाल जी कितों आए तुम? नवांशहर। नवांशहर? नवांशहर तो कितों? नवांशहर रहो। नवांशहर रहो। हाँ जी, ते तुसी की करदे हो जी? मैं सिंगिंग। सिंगिंग करदे हो ते स्टडी नहीं करदे? स्टडी करदे जी। स्टडी करदे हो, किस क्लास पढ़ रहे हो? 10th। 10th च? अज तुसी फिर की लेके आए हो साडे लई? की लेके? सिंगिंग तुसी की लेके आए हो, की सुना रहे हो सानू? नेहा कक्कड़ दसो। ਫਿਰ ਸਾਨੂੰ ਕੁਝ ਵੀ ਮਾੜਾ ਜਿਹਾ ਸੁਣਾ ਕੇ ਦਿਖਾਓ, ਦੋ ਲੈਣਾ, ਇੱਦਾਂ ਨਹੀਂ ਗੱਲ ਬੰਨੀ, ਸੁਣਨਾ ਤਾਂ ਪੁਰਾਣਾ ਤਾਂ ਤੁਹਾਨੂੰ ਪੈਣਾ ਹੀ ਆ। ਮਿਲੇ ਹੋ ਤੁਮ ਹਮਕੋ ਬੜੇ ਨਸੀਬੋ ਸੇ, ਚੁਰਾਇਆ ਹੈ ਮੈਨੇ ਕਿਸਮਤ ਕੀ ਲਕੀਰੋਂ ਸੇ। ਵਿਸ਼ਾਲ, ਕਿੱਥੋਂ ਆਏ ਤੁਸੀਂ? ਲੁਧਿਆਣਾ। ਲੁਧਿਆਣਾ ਤੋਂ? ਓਕੇ, ਤੁਸੀਂ ਅੱਜ ਫਿਰ ਕੀ ਪਰਫੋਰਮ ਕਰ ਰਹੇ ਹੋ ਇੱਥੇ? ਸਰ ਮੋਡਲਿੰਗ। ਅਤੇ ਅਰਮਾਨ ਜੀ, ਤੁਸੀਂ ਅੱਜ ਕੀ ਪਰਫੋਰਮ ਕਰ ਰਹੇ ਇੱਥੇ? ਮੈਂ ਇੱਥੇ ਕੀਬੋਰਡ ਵਜਾਉਣਾ ਅੱਜ। ਕੀਬੋਰਡ ਵਜਾਉਣਾ ਹੈ, ਕਿਹਨਾਂ ਦਾ? ਕੈਸੀ ਵਾਲਿਆਂ ਦਾ। ਫਿਰ ਠੀਕ। ਅੱਛਾ, ਸਟੱਡੀ ਕਰਦੇ ਤੁਸੀਂ? ਹਾਂਜੀ ਹਾਂਜੀ। ਸੋ ਇਹ ਸੀ ਦੋਸਤੋ ਆਪਣੇ ਦੇ ਕੁਝ ਪਾਰਟੀਸਪੈਂਟ, ਅਤੇ ਹੁਣ ਆਪਾਂ ਨੈਕਸਟ ਸਟਾਰਟ ਕਰਦੇ ਹਾਂ। ਅਸੀਂ ਤਾਂ ਤਿਆਰ ਹਾਂ, ਤੁਸੀਂ ਤਿਆਰ ਹੋ? ਨੈਕਸਟ ਪਰਫੋਰਮਰ ਹਰਪ੍ਰੀਤ ਕੌਰ, ਆਓ ਜੀ ਆਓ, ਸੱਜ ਧੱਜ ਕੇ ਇਹਨੇ ਤਾੜੀਆਂ ਮਾਰ ਦਿਓ ਜੀ ਇੱਕ ਵਾਰੀ ਇਹਨਾਂ ਦੀ ਐਂਟਰੀ 'ਤੇ, ਬਹੁਤ ਦਿਲ ਖੁਸ਼ ਹੁੰਦਾ। ਜੁੱਤੀ ਪਟਿਆਲੇ ਦੀਆਂ, ਲਾਹੌਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗੰਨਦਾ ਲੋਟਣ ਦੋ ਨਾਲੀਆਂ। ਜੁੱਤੀ ਪਟਿਆਲੇ ਦੀਆਂ, ਲਾਹੌਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗੰਨਦਾ ਲੋਟਣ ਦੋ ਨਾਲੀਆਂ। ਗੁੱਦਦਾ ਪੁਰਾਂ ਦਾ ਛੱਗੀ, ਫੜਕਣ ਨਾ ਦੇ ਵਿੱਚ ਸੱਚੀ 'ਚ ਬਹੁਤ ਸੋਹਣੀ ਆਵਾਜ਼ ਸੀ ਤੁਹਾਡੀ, ਹੈ ਨਾ, ਬਸ ਥੋੜ੍ਹਾ ਜਿਹਾ ਸਕੇਲ ਥੋੜ੍ਹਾ ਜਿਹਾ ਡਾਊਨ ਰੱਖ ਦੇਣਾ ਪੂਰੀ, ਫਿਰ ਕੋਈ ਕਮੀ ਵੀ ਨਹੀਂ ਰਹਿਣੀ ਸੀ, ਕੋਈ ਕਮੀ ਰਹਿਣੀ ਸੀ, ਕਿਉਂਕਿ ਤੁਸੀਂ ਬਹੁਤ ਜਿੱਦਾਂ ਹੈਗਾ ਗਾਣਾ ਬਿਊਟੀਫੁਲ ਉੱਦਾਂ ਦੀ ਆਵਾਜ਼ 'ਚ ਗਾਇਆ। ਠੀਕ ਹੈ, ਸਿੱਖ ਰਹੇ ਹੋ ਕਿਤੋਂ? ਹਾਂਜੀ। ਠੀਕ ਹੈ, ਕੰਟੀਨਿਊ ਰੱਖਣਾ, ਸਿੱਖਣਾ ਅਤੇ ਹਰ ਕੈਟੇਗਰੀ ਦਾ ਸੌਂਗ ਰੈਡੀ ਕਰਨਾ ਅੱਗੇ। ਠੀਕ ਹੈ। ਪਰਨੀਤ ਕੌਰ, ਹਾਂਜੀ, ਕਿੱਥੋਂ ਆਏ ਤੁਸੀਂ? ਮੈਂ ਲੋਕਲੀ ਲੁਧਿਆਣਾ ਤੋਂ। ਲੁਧਿਆਣੇ ਤੋਂ? ਓਕੇ ਜੀ, ਨਾਲ ਕੌਣ ਕੌਣ ਆਇਆ ਤੁਹਾਡੇ? ਮੇਰਾ ਵੀਰਾ ਹੈ। ਦਹਿਲੀਜ਼ ਪੇ ਮੇਰੇ ਦਿਲ ਕੀ ਜੋ ਰੱਖੇ ਹੈ ਤੂਨੇ ਕਦਮ, ਤੇਰੇ ਨਾਮ ਪੇ ਮੇਰੀ ਜ਼ਿੰਦਗੀ ਲਿਖ ਦੀ ਮੇਰੇ ਹਮਦਮ। ਹਾਂ ਸਿੱਖਾ ਮੈਨੇ ਜੀਣਾ, ਜੀਣਾ ਕੈਸੇ ਜੀਣਾ, ਹਾਂ ਸਿੱਖਾ ਮੈਨੇ ਜੀਣਾ ਮੇਰੇ ਹਮਦਮ। ਪਹਿਲੀ ਕੁੜੀ ਆਈ ਹੈ ਹੁਣ ਜਿਹੜੀ, ਜਿਹਨੇ ਪੂਰਾ ਐਨ ਮਜ਼ੇ ਨਾਲ ਅਤੇ ਪੂਰਾ ਸੌਫਟਲੀ ਜੇ, ਹੈ ਨਾ, ਸਵੀਟ ਜਿਹੇ ਤਰੀਕੇ ਨਾਲ ਅਤੇ ਪੂਰਾ ਸਵਰ 'ਚ ਗਾਇਆ, ਬਿਲਕੁਲ ਬਹੁਤ ਜ਼ਿਆਦਾ ਸੋਹਣਾ ਸੀਗਾ। ਅਤੇ ਇੱਦਾਂ ਹੀ ਤਿਆਰੀ ਕਰਨੀ ਹੈ ਆਪਣੇ, ਇੱਦਾਂ ਹੀ ਜੋ ਵੀ ਜਿੱਦਾਂ ਤੋਂ ਤੁਹਾਡੀ ਸਿੰਗਿੰਗ ਹੈਗੀ ਹੈ ਉੱਦਾਂ ਦਾ ਹੀ ਸੌਂਗ ਸਿਲੈਕਸ਼ਨ ਚੂਜ਼ ਕਰਨੀ ਹੈ। ਅਤੇ ਅੱਗੇ ਧਿਆਨ ਰੱਖਣਾ ਕਿ ਹਰ ਕੈਟਾਗਰੀ ਹੋਵੇ, ਜਿੱਦਾਂ ਸੋਫੀ, ਫੋਕ, ਰੋਮੈਂਟਿਕ, ਹੈ ਨਾ। ਵੈਰੀ ਗੁੱਡ, ਆ ਜਾਓ। ਹਾਂਜੀ, ਨੈਕਸਟ ਪਰਫੋਰਮਰ ਨੂੰ ਬੁਲਾ ਰਹੇ ਹਾਂ ਜੀ, ਸੁਖਦੀਪ ਸਿੰਘ, ਕਿੱਥੋਂ ਆਏ?
ਕੌਂਕੇ ਕਲਾਂ ਤੋਂ। ਕਿਹੜਾ ਸ਼ਹਿਰ ਹੈ ਜੀ? ਜਗਰਾਓਂ ਜੀ। ਜਗਰਾਓਂ ਤੋਂ ਆਇਓ, ਅੱਜ ਕੀ ਸੁਣਾ ਰਹੇ ਹੋ ਸਾਨੂੰ? ਜੀ ਗੁਰੂ ਰੰਧਾਵਾ ਜੀ ਦਾ ਸੌਂਗ ਤਾਰਾ। ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ, ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ। ਜੋਦੇ ਗਈਆਂ ਹੰਝੂ ਅੱਖੀਆਂ ਚੋਂ ਮੇਰੀ ਸੁੱਕਦੇ ਨਾ, ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ, ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ। ਆਵਾਜ਼ ਸੀਗੀ ਇੱਦਾਂ ਦੀ ਕਿ ਕੁਛ ਵਜਨ ਵਾਲੀ ਆਵਾਜ਼ ਦਾ ਆਪਾਂ ਕਹਿ ਦਿੰਦੇ ਹਾਂ, ਠੀਕ ਹੈ? ਹਾਂਜੀ। ਪਰ ਤੁਹਾਨੂੰ ਹਾਲੇ ਗਾਈਡ ਕਰਨ ਗਾਈਡਨੈਂਸ ਨਹੀਂ ਤੁਸੀਂ ਦਿੱਤੀ ਕਿਸ ਤੋਂ, ਹੈ ਨਾ? ਨਹੀਂ, ਤੁਸੀਂ ਆਪਣੇ ਆਪ ਹੀ ਕੀਤਾ ਸਾਰਾ ਕੁਛ। ਹਾਂਜੀ ਬੇਟਾ, ਤੁਹਾਡੀ ਸੌਂਗ ਸਿਲੈਕਸ਼ਨ ਗਲਤ ਸੀ, ਤੁਹਾਡੀ ਆਵਾਜ਼ ਹੈਗੀ ਉੱਦਾਂ ਦੀ, ਬਸ ਇੱਕ ਤਿਆਰੀ ਅਤੇ ਗਾਈਡੈਂਸ ਦੀ ਜ਼ਰੂਰਤ ਹੈ ਤੁਹਾਨੂੰ। ਠੀਕ ਠੀਕ ਹੈ। ਹਾਂਜੀ, ਨੈਕਸਟ ਪਰਫੋਰਮਰ ਨੂੰ ਬੁਲਾ ਰਹੇ ਹਾਂ ਜੀ, ਜਗਜੀਤ ਸਿੰਘ। ਕਿੱਥੋਂ ਆਏ ਤੁਸੀਂ ਜੀ? ਜੌਲਾਂ ਤੋਂ ਜੀ। ਜੌਲਾਂ ਤੋਂ ਹੀ, ਰਾਏਕੋਟ ਦੇ ਕੋਲ। ਰਾਏਕੋਟ ਤੋਂ, ਕੀ ਸੁਣਾ ਰਹੇ ਹੋ ਅੱਜ? ਰਾਂਝਣਾ ਗੀਤ ਜੀ। ਨਿੱਤ ਪੰਡਾ ਮੈਂ ਅਜਾ ਨਾਲੇ ਕਰਾਂ ਫਰਿਆਦਾਂ, ਨਿੱਤ ਪੰਡਾ ਮੈਂ ਅਜਾ ਨਾਲੇ ਕਰਾਂ ਫਰਿਆਦਾਂ, ਪੱਲਾ ਅੱਡ ਕੇ ਖੁਦਾ ਤੋਂ ਮੰਗਾਂ ਖੈਰ ਤੇਰੇ ਦਮ ਦੀ, ਤੇਰੇ ਬਿਨਾ ਰਾਂਝੇ ਆਵੇ ਹੀਰ ਕਿਹੜੇ ਕੰਮ ਦੀਵੇ, ਤੇਰੇ ਬਿਨਾ ਰਾਂਝੇ ਆਵੇ ਹੀਰ ਕਿਹੜੇ ਕੰਮ ਦੀ। ਪਹਿਲਾਂ ਜਦੋਂ ਤੁਸੀਂ ਅਲਾਪ ਸ਼ੁਰੂ ਕੀਤਾ ਸੀ ਨਾ, ਉਹ ਗਲਤ ਸੀਗਾ, ਤਾਂ ਹੀ ਮੈਂ ਰੋਕਤਾ ਸੀ, ਮੈਂ ਕਿਹਾ ਵੀ ਰਹਿਣ ਦਿਓ ਕਿਉਂਕਿ ਸਿੰਪਲ ਠੀਕ ਰਹਿੰਦਾ, ਤੁਸੀਂ ਸਿੱਖ ਤਾਂ ਨਹੀਂ ਨਾ ਹੋਣੇ ਹਾਲੇ, ਹੈ ਨਾ? ਖੁਦ ਹੀ ਕੀਤਾ ਹੋਊਗਾ। ਬਾਕੀ ਸਥਾਈ ਵਧੀਆ ਸੀਗੀ, ਅੰਤਰਾ ਤੁਸੀਂ ਚੇਂਜ ਕਰਤਾ ਸੀ ਸਾਰਾ ਹੀ, ਅਤੇ ਸਵਰ ਤੋਂ ਵੀ ਬਾਹਰ ਹੋ ਗਿਆ ਸੀਗਾ। ਹੁਣ ਨੈਕਸਟ ਬੁਲਾ ਰਿਹਾ ਜੀ ਕਰਨ ਕੁਮਾਰ। ਆਜੋ ਆਜੋ, ਕੀ ਹਾਲ ਚਾਲ ਆ? ਠੀਕ ਆ? ਕਿੱਥੋਂ ਆਏ ਹੋ? ਲੁਧਿਆਣੇ ਤੋਂ, ਪ੍ਰੀਤਮ ਨਗਰ। ਓਕੇ ਸਰ, ਕਿਹੜਾ ਗਾਣਾ ਸੁਣਾ ਰਹੇ ਹੋ? ਸੁਰੀਲੀ ਅੱਖੀਓਂ ਵਾਲਾ। ਸੁਰੀਲੀ ਅੱਖੀਓਂ ਵਾਲੇ ਸੁਣਾ ਹੈ ਤੇਰੀ ਅੱਖੀਓਂ ਸੇ, ਬਹਿਤੀ ਹੈ ਨੀਂਦੇ ਔਰ ਨੀਂਦੋਂ ਮੈਂ ਸੁਪਨੇ, ਕਭੀ ਤੋ ਕਿਨਾਰੋਂ ਮੇਂ ਉਤਰ ਮੇਰੇ ਸੁਪਨੋਂ ਮੇਂ, ਆ ਜਾ ਜ਼ਮੀਂ ਪੇ ਔਰ ਮਿਲ ਜਾ ਕਹੀਂ ਪੇ, ਮਿਲ ਜਾ ਕਹੀਂ ਬੇਟਾ। ਬਹੁਤ ਸੋਹਣਾ ਗਾਇਆ ਤੁਸੀਂ, ਇੰਨਾ ਡਿਫੀਕਲਟ ਸੌਂਗ ਸੀ ਨਾ, ਫਿਰ ਵੀ ਤੁਸੀਂ ਉਹਨੂੰ ਨਿਭਾ ਰਹੇ ਸੀਗੇ, ਤੁਹਾਨੂੰ ਸਿਰਫ ਗਾਈਡੈਂਸ ਦੀ ਜ਼ਰੂਰਤ ਹੈ ਅੱਛੀ ਤਰ੍ਹਾਂ। ਸਿੱਖ ਰਹੇ ਹੋ ਕਿੱਥੋਂ? ਹਾਂਜੀ। ਕਿੱਥੋਂ? ਸਰ ਮੇਰੇ ਗਲੀ 'ਚ ਇੱਕ ਹੈਗਾ ਅਕੈਡਮੀ, ਉੱਥੇ ਸਿੱਖ ਰਿਹਾ। ਓਕੇ, ਸੋ ਕੰਟੀਨਿਊ ਰੱਖਣਾ, ਜਿਹੜਾ ਵੀ ਤੁਸੀਂ ਸੌਂਗ ਸਿਲੈਕਟ ਕਰੋ ਉਹਨੂੰ ਬਾਰ 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 ਗਾਣਾ, ਉਹ ਵੀ ਰਿਦਮ ਦੇ ਨਾਲ, ਠੀਕ ਹੈ? USA ਘੁੰਮਣ ਜਾਣਾ ਹੈ ਤਾਂ ਵੀਜ਼ਾ ਆਫਿਸ ਕਾਲ ਕਰੋ, ਕਿਉਂਕਿ ਸਿਰਫ ਅਸੀਂ ਲਵਾ ਰਹੇ ਹਾਂ ਪੂਰੇ 10 ਸਾਲਾਂ ਦਾ USA ਟੂਰਿਸਟ ਵੀਜ਼ਾ। ਕਾਲ 90410 90410, ਭੁੱਲਣਾ ਨਹੀਂ 90410 90410। ਟੈਲੈਂਟ ਕਾ ਮਹਾਸੰਗਰਾਮ, ਜੇਕਰ ਤੁਸੀਂ ਟੈਲੈਂਟ ਕਾ ਮਹਾਸੰਗਰਾਮ ਵਿੱਚ ਭਾਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈ www.kismekitnahaidam.com ਔਰ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਲੌਗਇਨ ਕਰ ਸਕਦੇ ਹੋ ਕਿਸਮੇ ਕਿਤਨਾ ਹੈ ਦਮ, ਅਤੇ ਤੁਸੀਂ ਸਾਨੂੰ ਯੂਟਿਊਬ 'ਤੇ ਵੀ ਦੇਖ ਸਕਦੇ ਹੋ ਕਿਸਮੇ ਕਿਤਨਾ ਹੈ ਦਮ। ਮੋਬਾਈਲ 9041429249 9041737733। ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਸੰਪਰਕ ਕਰੋ ਡਾਕਟਰ ਰਵੀ ਗਰਗ, ਕੈਨੇਡਾ ਗਵਰਨਮੈਂਟ ਤੇ ਕੈਨੇਡਾ ਐਮਬੈਸੀ ਦੇ ਮਨਜ਼ੂਰ ਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ, ਪਾਇਨੀਅਰ ਇਮੀਗ੍ਰੇਸ਼ਨ 70613 70613। ਇਨਵਾਈਟ ਕਰਨ ਜਾ ਰਹੇ ਹਾਂ ਜੀ ਪਰਫੋਰਮਰ ਨੂੰ, ਪ੍ਰਭਜੋਤ ਕੌਰ। ਹਾਂਜੀ ਪ੍ਰਭਜੋਤ ਜੀ, ਕੀ ਸੁਣਾ ਰਹੇ ਹੋ ਅੱਜ? ਸਰ ਮਿਲੇ ਹੋ ਤੁਮ ਹਮਕੋ ਸੌਂਗ। ਠੀਕ ਆ ਜੀ, ਕਿੱਥੋਂ ਤੁਸੀਂ, ਕਿੱਥੋਂ ਆਏ ਹੋ? ਸਰ ਜਗਰਾਓਂ ਤੋਂ। ਜਗਰਾਓਂ ਤੋਂ। ਮਿਲੇ ਹੋ ਤੁਮ ਹਮਕੋ ਬੜੇ ਨਸੀਬੋਂ ਸੇ, ਚੁਰਾਇਆ ਹੈ ਮੈਨੇ ਕਿਸਮਤ ਕੀ ਲਕੀਰੋਂ ਸੇ, ਮਿਲੇ ਹੋ ਤੁਮ ਹਮਕੋ ਬੜੇ ਨਸੀਬੋਂ ਸੇ, ਚੁਰਾਇਆ ਹੈ ਮੈਨੇ ਕਿਸਮਤ ਕੀ ਲਕੀਰੋਂ ਸੇ।
ਬਹੁਤ ਸੋਹਣੀ ਆਵਾਜ਼ ਸੀ, ਬਹੁਤ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗਾਇਆ ਨਿਭਾਇਆ ਸੌਂਗ ਨੂੰ। ਸੋ ਅੱਗੇ ਕੰਟੀਨਿਊ ਰੱਖਣ ਵਾਸਤੇ ਥੋੜ੍ਹੀ ਜਿਹੀ ਗਾਈਡੈਂਸ ਨਾਲ ਪ੍ਰੋਪਰ, ਕਿਉਂਕਿ ਰਿਦਮ ਦੇ ਨਾਲ ਚੱਲਣਾ ਹੁੰਦਾ ਅੱਗੇ ਫਿਰ, ਅਤੇ ਹਰ ਇੱਕ ਕੈਟਾਗਰੀ ਕਰਨੀ ਪੈਣੀ ਹੈ। ਠੀਕ ਹੈ, ਓਕੇ, ਥੈਂਕ ਯੂ, ਵੈਰੀ ਗੁੱਡ। ਚਰਨਜੀਤ ਸਿੰਘ ਜੀ ਲਾਸਟ ਪਰਫੋਰਮਰ, ਚਰਨਜੀਤ ਸਿੰਘ। ਚਰਨਜੀਤ ਸਿੰਘ ਜੀ ਕਿੱਥੋਂ ਆਏ ਤੁਸੀਂ? ਘਰੋਂ। ਘਰੋਂ? ਘਰ ਕਈ ਤਰ੍ਹਾਂ ਦੇ ਹੁੰਦੇ ਨੇ, ਕਿਹੜੇ ਆਏ, ਕਿਹੜੇ ਘਰੋਂ ਆਏ ਹੋ? ਲੁਧਿਆਣੇ। ਰੱਬਾ ਹੈ ਰੱਬਾ ਕਿਸੀ ਕਾ ਤੂੰ ਕਿਆ ਨਾ ਪੇ, ਲੋ ਟੂਟੇ ਕੱਚੇ ਦਾਗੇ, ਫਿਰੇ ਦਿਲ ਮਾਰਾ ਮਾਰਾ, ਯਾਰ ਦਾ ਝੂਠਾ ਸਹਾਰਾ, ਕਿਉਂ ਹੈ ਬਲਾ ਪਰ ਤੁਸੀਂ ਫਿਰ ਵੀ ਨਿਭਾਇਆ ਕਾਫੀ, ਕਿਉਂਕਿ ਇੱਕ ਸਟਾਰਟਿੰਗ ਹੈ, ਤੁਹਾਡਾ ਬੇਸਿਕ ਹੈ, ਬਹੁਤ ਵਧੀਆ ਬੇਟਾ, ਅੱਗੇ ਤਿਆਰੀ ਕਰਨੀ ਹੈ ਚੰਗੀ ਤਰ੍ਹਾਂ। ਹੁਣ ਤੁਹਾਡੇ ਸਾਹਮਣੇ ਜੀ ਇੱਕ ਸਟੈਂਡ ਅਪ ਕਮੇਡੀਅਨ, ਇੱਕ ਛੋਟਾ ਜਿਹਾ, ਇੱਕ ਸਵੀਟ ਜਿਹਾ ਬੱਚਾ ਤੁਹਾਡੇ ਸਾਹਮਣੇ ਲੈ ਕੇ ਆਇਆ। ਸਵਾਗਤ ਕਰਦੇ ਜੀ ਹਿਤੇਨ ਦਾ ਜੀ, ਕਿੱਥੋਂ ਆਇਆ? ਮੈਂ ਲੁਧਿਆਣਾ ਸੇ। ਲੁਧਿਆਣਾ ਸੇ, ਓਕੇ, ਤਿਆਰੀ ਹੈ ਫੁੱਲ ਆਪਕੀ? ਹਾਂਜੀ। ਓਕੇ। ਅਰੇ ਵਾਹ 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 ਵਾਹ, ਬੜੇ ਪੜ੍ਹੇ ਲਿਖੇ ਲੋਕ ਆਏ ਹੈ, ਕਿਉਂ ਨਾ ਹੋ, ਆਜ ਕੀ ਜਨਰੇਸ਼ਨ ਇਤਨੀ ਸਮਾਰਟ ਹੈ, ਤੋ ਬਾਤ ਕਰਤੇ ਹੈ ਸਮਾਰਟ ਜਨਰੇਸ਼ਨ ਕੇ ਸਮਾਰਟ ਮੋਮਸ ਕੇ ਬਾਰੇ ਮੇਂ, ਯਾਨੀ ਕਿ ਪੰਜਾਬੀ ਮੋਮਸ ਔਰ ਫੋਰਨਰ ਮੋਮਸ ਕੇ ਬਾਰੇ ਮੇਂ। ਜਬ ਫੋਰਨਰ ਮੋਮਸ ਕੋਈ ਛੋਟਾ ਬੱਚਾ ਮਿਲਤਾ ਹੈ ਤੋ ਫੋਰਨਰ ਮੋਮਸ ਕਹਿਤੀ ਹੈ, ਓ ਕਿਤਨਾ ਪਿਆਰਾ ਬੱਚਾ ਹੈ, ਸੋ ਸਵੀਟ। ਔਰ ਅਗਰ ਪੰਜਾਬੀ ਮੋਮਸ ਕੋਈ ਬੱਚਾ ਮਿਲੇ, ਪਹਿਲੇ ਤਾਂ ਬੱਚੇ ਕੇ ਗਾਲ ਹੀ ਨੋਚ ਲੇਂਗੀ, ਫਿਰ ਕਹੇਂਗੀ ਉਨੀ ਮੇਰੇ ਸੋਨੇ ਮੋਨੇ, ਉਨੀ ਮੇਰੇ ਨੋਨੇ ਮੋਨੇ, ਇੱਕ ਉੱਠ ਕੇ ਜੱਫੀ ਤਾਂ ਦੇ ਦੇ, ਬੱਚਾ ਵੀ ਕਹਿਤਾ ਅਰੇ ਯਾਰ ਕਹਾਂ ਫਸਾ ਦੀਆ। ਮੈਂ ਤਾਂ ਸਿਰਫ ਇੱਕ ਬਾਤ ਕਹੂੰਗਾ, ਆਪ ਬਣੇ ਹੀ ਇਸਕੇ ਲਈ ਹੋ। ਥੈਂਕ ਯੂ ਸਰ। ਬਹੁਤ ਐਕਸਲੈਂਟ ਹੋ ਆਪ। ਥੈਂਕ ਯੂ ਸਰ। ਕਿ ਜੋ ਆਪਕੇ ਅੰਦਰ ਕੰਟਰੋਲ ਹੈ ਵੋ ਇਸ ਉਮਰ ਮੇਂ ਵੋ ਵੀ ਵੋ ਬਹੁਤ ਉੱਪਰ ਸੇ ਵੀ ਉੱਪਰ ਹੈ। ਥੈਂਕ ਯੂ ਸਰ। ਵੈਰੀ ਗੁੱਡ, ਕੀਪ ਇਟ ਅਪ, ਓਕੇ, ਕਰਤੇ ਰਹਿਣਾ ਇਹ ਚੀਜ਼। ਹਾਂਜੀ, ਨੈਕਸਟ ਪਰਫਾਰਮਰ ਨੂੰ ਕਾਲ ਕਰਨ ਜਾ ਰਹੇ ਹਾਂ ਜੀ, ਮਨਜਿੰਦਰ ਸਿੰਘ। ਮੀਆਂ ਮੱਖੀ ਮਾਰੀ, ਮੀਆਂ ਨੂੰ ਲੈ ਗਏ ਚੋਰ, ਕੱਲ੍ਹ ਦੀ ਛੁੱਟੀ ਹੋਰ, ਓਏ ਓਏ ਮਾਸਟਰ ਜੀ ਆਉਂਦੇ ਆ, ਓ ਛੱਡ ਕੋਈ ਗੱਲ ਨਹੀਂ। ਮੀਆਂ ਮੱਖੀ ਮਾਰੀ, ਮੀਆਂ ਨੂੰ ਲੈ ਗਏ ਫੇਰ ਚੋਰ, ਕੱਲ੍ਹ ਦੀ ਛੁੱਟੀ ਹੋਰ, ਓਏ ਤੈਨੂੰ ਕਹਿੰਦਾ ਮਾਸਟਰ ਜੀ ਆਉਂਦੇ ਆ, ਫਿਰ ਤੇਰੇ ਚਪੇੜਾਂ ਪੈਣਗੀਆਂ, ਉੱਦਾਂ ਕਲਾਸ ਦਾ ਮੀਟਰ ਬਣਿਆ ਫਿਰਦਾ, ਕਹਿ ਕਲਾਸ ਟੈਨ ਜੈ ਹਿੰਦ। ਕਿਹੜੇ ਲਿਖਿਆ ਓਏ ਅੱਧੀ ਛੁੱਟੀ ਸਾਰੀ, ਪਿਓ ਦਾ ਸਕੂਲ ਆ, ਕਿਹੜਾ ਬਕਵਾਸ ਕਰਦਾ ਸੀ, ਮਾਸਟਰ ਨੂੰ ਲੈ ਗਿਆ ਚੋਰ, ਸਿੱਧੋ ਬੋਲ ਇੰਨੇ ਚ, ਪਹਿਲਾਂ ਤੁਹਾਡੀ ਹਾਜ਼ਰੀ ਲਾਲਮਾ। ਮਨਜਿੰਦਰ, ਵੈਰੀ ਗੁੱਡ, ਕਾਫੀ ਅੱਛਾ ਸੀਗਾ, ਬਹੁਤ ਇੰਜੋਏ ਕੀਤਾ ਸੀ। ਮੇਨ ਇੱਕ ਤੁਸੀਂ, ਤੁਹਾਨੂੰ ਪਤਾ ਤੁਸੀਂ ਕਿਹੜੀ ਐਕਟਿੰਗ ਕਰਦੇ ਸੀ? ਨਹੀਂ ਪਤਾ, ਮੋਨੋ ਐਕਟਿੰਗ ਹੁੰਦੀ, ਓਕੇ, ਅੱਡ ਅੱਡ ਰੋਲਸ ਜਿੰਨੇ ਜੇ ਪਲੇ ਕਰੀਦੇ, ਇਸ ਚੀਜ਼ ਦਾ ਧਿਆਨ ਰੱਖਿਓ, ਬਾਕੀ ਬਹੁਤ ਵਧੀਆ ਸੀ, ਪੰਚਸ ਹੋਰ ਵਧਾਈਓ, ਠੀਕ ਹੈ, ਥੈਂਕ ਯੂ। USA ਘੁੰਮਣ ਜਾਣਾ ਹੈ ਤਾਂ ਵੀਜ਼ਾ ਆਫਿਸ ਕਾਲ ਕਰੋ, ਕਿਉਂਕਿ ਸਿਰਫ ਅਸੀਂ ਲਵਾ ਰਹੇ ਹਾਂ ਪੂਰੇ 10 ਸਾਲਾਂ ਦਾ USA ਟੂਰਿਸਟ ਵੀਜ਼ਾ। ਕਾਲ 90410 90410, ਭੁੱਲਣਾ ਨਹੀਂ 90410 90410। ਟੈਲੈਂਟ ਕਾ ਮਹਾਸੰਗਰਾਮ, ਜੇਕਰ ਤੁਸੀਂ ਟੈਲੈਂਟ ਕਾ ਮਹਾਸੰਗਰਾਮ ਵਿੱਚ ਭਾਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈ www.kismekitnahaidam.com ਔਰ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਲੌਗਇਨ ਕਰ ਸਕਦੇ ਹੋ, ਕਿਸਮੇ ਕਿਤਨਾ ਹੈ ਦਮ, ਅਤੇ ਤੁਸੀਂ ਸਾਨੂੰ ਯੂਟਿਊਬ 'ਤੇ ਵੀ ਦੇਖ ਸਕਦੇ ਹੋ, ਕਿਸਮੇ ਕਿਤਨਾ ਹੈ ਦਮ। ਮੋਬਾਈਲ 90 41 249 249 90 41 733 733। USA ਘੁੰਮਣ ਜਾਣਾ ਹੈ ਤਾਂ ਵੀਜ਼ਾ ਆਫਿਸ ਕਾਲ ਕਰੋ, ਕਿਉਂਕਿ ਸਿਰਫ ਅਸੀਂ ਲਵਾ ਰਹੇ ਹਾਂ ਪੂਰੇ 10 ਸਾਲਾਂ ਦਾ USA ਟੂਰਿਸਟ ਵੀਜ਼ਾ। ਕਾਲ 90410 90410, ਭੁੱਲਣਾ ਨਹੀਂ 90410 90410। ਤੇਜਸਵੀਨੀ ਵੈਦ, ਹਾਂਜੀ, ਕਿੱਥੋਂ ਆ ਜੇ ਤੁਸੀਂ?
ਦੋਰਾਹਾ ਦੋਰਾਹਾ ਜਿੱਥੇ ਦੋਰਾਹ ਪੈਂਦੇ ਤੇ ਤੁਹਾਡੇ ਨਾਲ ਕੌਣ ਆਇਆ ਜੀ ਮੇਰੇ ਨਾਲ ਚਾਚੀ ਮਾਈ ਬ੍ਰਦਰ ਐਂਡ ਮਾਈ ਮਮਾ ਹਾਂਜੀ ਠੀਕ ਆ ਜੀ ਓਕੇ ਰੈਡੀ ਹੋ ਬੇਟਾ ਹੋਟੋਂ ਮੇ ਐਸੀ ਬਾਤ ਹੋਟੋਂ ਮੇ ਐਸੀ ਬਾਤ ਮੇ ਦਬਾ ਕੇ ਚਲੀ ਆਈ ਖੁੱਲ ਜਾਏ ਵਹੀ ਬਾਤ ਤੋ ਦੁਹਾਈ ਹੈ ਦੁਹਾਈ ਹੋਟੋਂ ਮੇ ਐਸੀ ਬਾਤ ਮੇ ਦਬਾ ਕੇ ਚਲੀ ਆਈ ਖੁੱਲ ਜਾਏ ਵਹੀ ਬਾਤ ਤੋ ਦੁਹਾਈ ਹੈ ਦੁਹਾਈ ਇੱਕ ਵਾਰੀ ਕਲੈਪ ਹੋ ਜੇ ਲੜਕੀ ਵਾਸਤੇ ਬਹੁਤ ਵਧੀਆ ਸੀ ਥੈਂਕ ਯੂ ਓਕੇ ਇੱਕ ਤੁਸੀਂ ਸੌਂਗ ਚੇਂਜ ਕੀਤਾ ਫਸਟ ਸੌਂਗ ਕੀ ਗੱਲ ਅੱਗੇ ਸਮਝ ਨਹੀਂ ਆਉਂਦੀ ਸੀ ਅਗਲੇ ਸੌਂਗ ਦੀ ਉਸ ਚੀਜ਼ ਦਾ ਥੋੜ੍ਹਾ ਧਿਆਨ ਰੱਖਣਾ ਮੈਂ ਓਕੇ ਬਾਕੀ ਬਹੁਤ ਵਧੀਆ ਸੀ ਤੁਹਾਡੇ ਐਕਸਪ੍ਰੈਸ਼ਨ ਔਸਮ ਥੈਂਕ ਯੂ ਸਰ ਵੈਰੀ ਗੁੱਡ ਬੈਸਟ ਆਫ ਲੱਕ ਤੇ ਹੁਣ ਨੈਕਸਟ ਪਾਰਟੀਸਪੇਟ ਨੂੰ ਕਾਲ ਕਰਨ ਜਾ ਰਿਹਾ ਜੀ ਨਵਜੋਤ ਸ਼ਰਮਾ ਕੀ ਨਾਮ ਬੇਟਾ ਨਵਜੋਤ ਸ਼ਰਮਾ ਨਵਜੋਤ ਸ਼ਰਮਾ ਨਾਲ ਕੌਣ ਆਇਆ ਮੰਮਾ ਪਾਪਾ ਔਰ ਟੀਚਰ ਤਿਆਰੀ ਬੇਟਾ ਫੁੱਲ ਓਕੇ ਜੀ ਮਿਊਜ਼ਿਕ ਨਵਜੋਤ ਬੇਟਾ ਪਹਿਲਾਂ ਤਾਂ ਤੁਹਾਡਾ ਕੋਸਟਿਊਮ ਬਹੁਤ ਸੋਹਣਾ ਇੱਕ ਵਾਰੀ ਤਾੜੀ ਹੋ ਜਾਵੇ ਕੋਸਟਿਊਮ ਲਈ ਅਤੇ ਕੋਸਟਿਊਮ ਦਾ ਇੱਕ ਨੈਗੇਟਿਵ ਪੁਆਇੰਟ ਹੈ ਬੇਟਾ ਜਿਹਦਾ ਤੁਸੀਂ ਬਹੁਤ ਜਿਹੜਾ ਤੁਸੀਂ ਲਹਿੰਗਾ ਪਹਿਨਿਆ ਹੋਇਆ ਨਾ ਬਹੁਤ ਲੰਬਾ ਸੀਗਾ ਤੁਸੀਂ ਉਹਨੂੰ ਚੱਕ ਚੱਕ ਕੇ ਸੰਭਾਲ ਰਹੇ ਸੀਗੇ ਬਾਰ ਬਾਰ ਹੈ ਨਾ ਕੰਫਰਟੇਬਲ ਨਹੀਂ ਸੀ ਨਾ ਅਤੇ ਬਸ ਇੱਕ ਦੋ ਸਟਾਰਟਿੰਗ ਦੇ ਵਿੱਚ ਤੁਸੀਂ ਬੀਟ ਮਿਸ ਕੀਤੀ ਸੀਗੀ ਹੈ ਨਾ ਉਹਨੂੰ ਖਾਲੀ ਛੱਡਿਆ ਸੀ ਮਤਲਬ ਕਿ ਡਾਂਸ ਨਹੀਂ ਕੀਤਾ ਸੀ ਉਦੋਂ ਤੁਸੀਂ ਡਾਂਸ ਕਰਦੇ ਸੀ ਸਟਾਰਟਿੰਗ 'ਚ ਬਾਕੀ ਬਹੁਤ ਵਧੀਆ ਸੀਗਾ ਗੀਤਾਕਸ਼ੀ ਕਿੱਥੋਂ ਆਇਓ ਜੀ ਗੀਤਾਕਸ਼ੀ ਜੀ ਮੰਡੀ ਗੋਬਿੰਦਗੜ੍ਹ ਤੁਹਾਡੇ ਨਾਲ ਕੌਣ ਆਇਆ ਮੰਮਾ ਪਾਪਾ ਅੱਛਾ ਫੁੱਲ ਤਿਆਰੀ ਆ 3 2 1 ਬੇਟਾ ਬਹੁਤ ਵਧੀਆ ਸੀਗਾ ਡਾਂਸ ਹੈ ਨਾ ਤੁਸੀਂ ਕਿਹੜੀ ਕਿਹੜੀ ਕੈਟਾਗਰੀ ਕਰ ਲੈਂਦੇ ਉਸ ਤੋਂ ਇਲਾਵਾ ਬਾਲੀਵੁੱਡ ਹਾਲੀਵੁੱਡ ਲਿਰਿਕਲ ਰੋਬੋਟਿਕ ਓਕੇ ਐਰੋਬਿਕਸ ਓਕੇ ਓਕੇ ਠੀਕ ਹੈ ਬੇਟਾ ਬਹੁਤ ਵਧੀਆ ਗੱਲ ਹੈ ਹੈ ਨਾ ਕਿਉਂਕਿ ਤੁਹਾਡਾ ਦਿਖਦਾ ਸੀਗਾ ਡਾਂਸ ਕਿ ਤੁਸੀਂ ਸਿੱਖਿਆ ਹੋਇਆ ਹੈ ਨਾ ਕਿਉਂਕਿ ਹਰ ਇੱਕ ਸਟੈਪ 'ਤੇ ਚੇਂਜ ਹੁੰਦਾ ਸੀਗਾ ਸਟੈਪਸ ਸਟੈਪ ਵਾਈਜ਼ ਵੀ ਅਤੇ ਤੁਹਾਡੇ ਐਕਸਪ੍ਰੈਸ਼ਨਸ ਸਟੈਪ ਤੁਸੀਂ ਕਵਰ ਵੀ ਕੀਤਾ ਸਾਰਾ ਸਟੇਜ ਹੈ ਨਾ ਸੋ ਇੱਦਾਂ ਹੀ ਤਿਆਰੀ ਕਰਨੀ ਹੈ ਅੱਗੇ ਵੀ ਅਤੇ ਹਰ ਕੈਟਾਗਰੀ ਦੇ ਉੱਪਰ ਪੂਰਾ ਜ਼ੋਰ ਦੇਣਾ ਨੈਕਸਟ ਪਾਰਟੀਸਪੇਟ ਨੂੰ ਕਾਲ ਕਰਨ ਜਾ ਰਹੇ ਹਾਂ ਓਕੇ ਜੀ ਸਾਹਿਬ ਅਤੇ ਕਿੱਥੋਂ ਆਇਆ ਤੁਸੀਂ ਸਰਹੰਦ ਠੀਕ ਜੀ ਰੈਡੀ rhythm correct beta hogi academy nede nede koi ta hogi band hogi sir ek pehla sigi lekin tuhanu labna pehna hai academy labni padegi ya tusi net te lessons lagao inde theek hai dance de because tuhadi body andar kafi dance hai ga wave hai ki theek hai body flexibility hai ki hai ਬਟ ਤੁਹਾਨੂੰ ਕੰਟਰੋਲ ਨਹੀਂ ਕਰਨਾ ਆ ਰਿਹਾ
यूएसए घूमन जाना है तो वीजा ऑफिस कॉल करो, क्योंकि सिर्फ असी लवा रहे हैं पूरे 10 साल का यूएसए टूरिस्ट वीजा। कॉल 90410 90410, भुलना नहीं 90410 90410। टैलेंट का महासंग्राम, जेकर तुसी टैलेंट का महासंग्राम विच भाग लेना चाहते हो तो तुसी अपने आप नू ऑनलाइन रजिस्टर कर सकते हो। साड़ी वैबसाइट है www.kismekitnahaidam.com और तुसी सानू फेसबुक ते भी लॉगिन कर सकते हो किसमें कितना है दम, अते तुसी सानू यूट्यूब ते भी देख सकते हो किसमें कितना है दम। मोबाइल 9041249249 9041 733 733। स्टडी वीजा, टूरिस्ट वीजा, संपर्क करो डॉक्टर रवि गर्ग, कनाडा गवर्नमेंट ते कनाडा एम्बेसी दे मंजूर शुदा इमिग्रेशन सलाहकार, पायनियर इमिग्रेशन, 70613 70613। कौन जा रहे हैं जी? मिस्टर मोहित राजपूत। की हाल है फिर? बढ़िया। कितों है? अबोर। चलो ठीक है, रेडी मैन। ओके ਬੇਟਾ, ਕਿਵੇਂ ਹੋ? ਵਧੀਆ। ਓਕੇ, ਸਿੱਖਣ 'ਚ ਕਿੰਨਾ ਟਾਈਮ ਲੱਗਾ ਤੁਹਾਨੂੰ ਇਹ ਡਾਂਸ? 1 month। 1 month, ਓਕੇ, ਵੈਰੀ ਗੁੱਡ। ਬੇਟਾ ਬਹੁਤ ਵਧੀਆ ਸੀਗਾ, ਬਾਕੀ ਬਹੁਤ ਵਧੀਆ ਸੀ। ਜਿਵੇਂ ਤੁਸੀਂ ਰੋਬੋਟਿਕ ਵੋਕ ਸੀਗੀ, ਤੁਹਾਡੀ ਕਾਫੀ ਵੀਕ ਸੀਗੀ, ਠੀਕ ਹੈ, ਬਾਕੀ ਬੈਸਟ ਆਫ ਲੱਕ, ਬਹੁਤ ਵਧੀਆ। ਸੋ ਹਾਂਜੀ, ਹੁਣ ਤੁਹਾਡੀਆਂ ਜ਼ੋਰਦਾਰ ਤਾੜੀਆਂ ਵਿੱਚ ਨੈਕਸਟ ਪਰਫਾਰਮਰ ਬੁਲਾਉਣ ਜਾ ਰਹੇ ਹਾਂ ਜੀ, ਮਿਸਟਰ ਅਮਿਤ। ਕਿੱਥੋਂ ਆਇਆ ਫਿਰ? ਕਿਹੜਾ ਬਾਹਾ? ਰੈਡੀ ਹੋ ਜੀ, ਫੁੱਲ ਤਿਆਰੀ। ਛੱਡਣਾ ਜਵਾਬ ਗੱਲ ਇੱਕਦਾ, ਚੱਟ ਹੋ ਗਿਆ ਰੁਟੀਨ ਤੇਰਾ ਨਿੱਤ ਦਾ। ਲੈ ਕੇ ਛੱਡਣਾ ਜਵਾਬ ਗੱਲ ਇੱਕਦਾ, ਚੱਟ ਹੋ ਗਿਆ ਰੁਟੀਨ ਤੇਰਾ ਨਿੱਤ ਦਾ। Yes sir. Very good ਬੇਟਾ, ਬਹੁਤ ਵਧੀਆ। Thank you sir. Proper ਭੰਗੜਾ ਸਿੱਖ ਲਿਓ ਕੱਲਾ? ਹਾਂਜੀ। Okay, very good. ਕਾ ਤੇ songs ਤੇ ਸਿੱਖ ਲਿਓਗੇ, ਢੋਲ ਤੇ? Song ਤੇ sir. Songs ਤੇ, okay. ਤੁਸੀਂ ਬਹੁਤ ਵਧੀਆ, ਯਾਨੀ ਕਿ ਕਾਫੀ ਵਧੀਆ ਕਰ ਰਹੇ ਸੀ, ਐਕਸਪ੍ਰੈਸ਼ਨ ਸਾਹਮਣੇ ਦੇ ਰਹੇ ਸੀ, ਓਕੇ ਸੀ, ਕਾਫੀ ਅੱਛੇ ਸੀਗੇ, ਠੀਕ ਹੈ। ਸੋ ਹੁਣ ਤੁਹਾਡੇ ਸਾਹਮਣੇ ਜੀ ਡਾਂਸ ਵਾਲੇ ਬੱਚੇ ਸੀ, ਹੁਣ ਕੁਝ ਸਿੰਗਿੰਗ ਵਾਲੇ ਆਏ ਨੇ ਜੀ, ਮਾਹੌਲ ਹੋਰ ਥੋੜਾ ਜਿਹਾ ਗਰਮ ਕਰੀਏ। ਸੋ ਜ਼ੋਰਦਾਰ ਤਾੜੀਆਂ ਦੇ ਨਾਮ ਇਨਵਾਈਟ ਕਰਨ ਜਾਵਾਂਗੇ ਜੀ ਪਰਫਾਰਮਰ ਨੂੰ, ਪਹਿਲੇ ਸਿੰਗਿੰਗ ਵਾਲੇ ਰਾਮ ਰਾਏ, ਤੇ ਅੱਜ ਸਾਨੂੰ ਸਿੰਗਿੰਗ ਕੀ ਸੁਣਾਓਗੇ? ਇਹ ਸੌਂਗ। ਰੈਡੀ ਹੋ ਜੀ। ਕੀ ਅੱਜ ਮੇਰਾ ਜੀ ਕਰਦਾ ਹੋ ਰੱਬਾ ਰੱਬਾ ਮੀ ਬਰਸਾ ਸਾਡੀ ਕੋਠੀ ਦਾਣੇ ਰਾਮ ਰਾਏ। ਸਿੱਖ ਰਹੇ ਹੋ ਮਿਊਜ਼ਿਕ? ਯੈਸ ਸਰ। ਕਿੰਨਾ ਟਾਈਮ ਹੋ ਗਿਆ? 2 month। 2 months ਹੋ ਗਏ। ਰਿਆਜ਼ ਕਰਦੇ ਹੋ? ਯੈਸ ਸਰ। ਅੱਛਾ ਅੱਛਾ, ਤੇ ਬੇਟਾ ਜਿਹੜਾ ਤੁਸੀਂ ਅਲਾਪ ਲਿਆ ਸੀ ਨਾ? ਯੈਸ ਸਰ। ਤੋ ਉਹ ਸਹੀ ਨਹੀਂ ਥਾ ਆਪਕਾ, ਬਾਕੀ ਠੀਕ ਥਾ, ਰਿਦਮ ਮੇ ਥੇ ਬਸ ਆਪ, ਸਵਰ ਗਿਆ ਕਾਫੀ ਜਗ੍ਹਾ। ਹਾਂਜੀ, ਹੁਣ ਨੈਕਸਟ ਪਰਫਾਰਮਰ ਆਉਣ ਲੱਗਾ ਜੀ, ਅਨਮੋਲ ਪ੍ਰੀਤ। ਹਾਂਜੀ ਅਨਮੋਲ ਜੀ, ਕਿੱਥੋਂ ਆਏ ਅਨਮੋਲ ਜੀ? ਸਰ ਜਲਾਲਾਬਾਦ। ਬੋਲ ਮਿੱਟੀ ਦਿਆ ਬਾਵਿਆ, ਤੇਰੇ ਦੁੱਖਾਂ ਨੂੰ ਮਾਰ ਮੁਕਾ ਲਿਆ ਮੇਰਾ ਸੋਹਣਾ ਮਾਹੀ।
आजा हो ਥੋੜ੍ਹਾ ਜਿਹਾ ਹਾਲੇ ਵੀ ਸਕੇਲ ਡਾਊਨ ਸੀ ਇਹਨੂੰ ਜਿੰਨਾ ਵੀ ਉੱਚਾ ਗਾ ਸਕੀਏ ਫੋਕ ਨੂੰ ਪੂਰਾ ਜ਼ੋਰਦਾਰ ਆਵਾਜ਼ ਨਾਲ ਗਾਣਾ ਠੀਕ ਹੈ ਅਤੇ ਇਹਦੇ ਵਾਸਤੇ ਪ੍ਰੈਕਟਿਸ ਚਾਹੀਦੀ ਹੈ ਬੇਟਾ ਬਹੁਤ ਜ਼ਿਆਦਾ ਠੀਕ ਹੈ ਤੁਸੀਂ ਹਾਲੇ ਸਟਾਰਟਿੰਗ 'ਚ ਕੀ ਹੈ ਆਪਣੇ ਅਕੋਰਡਿੰਗ ਸੌਂਗ ਚੂਜ਼ ਕਰਿਆ ਕਰੋ ਕੋਈ ਸਿੰਪਲ ਗਾਣਾ ਕੋਈ ਰੋਮੈਂਟਿਕ ਸੈਡ ਕੁਛ ਵੀ ਸੌਂਗ ਲੈ ਲਓ ਠੀਕ ਹੈ ਤਿਆਰੀ ਕਰਨੀ ਹੈ ਬੇਟਾ ਸਿੱਖਣਾ ਜ਼ਰੂਰ ਹਾਲੇ ਜ਼ੋਰਦਾਰ ਤਾੜੀਆਂ ਮਾਰੋ ਜੀ ਈਸ਼ਾ ਗੋਇਲ ਦੇ ਨਾਮ ਦੀਆਂ ਹਾਂਜੀ ਈਸ਼ਾ ਜੀ ਕਿੱਥੋਂ ਆ ਜੀ ਤੁਸੀਂ ਅਬੋਹਰ ਅਬੋਹਰ ਅਤੇ ਹੋਰ ਨਾਲ ਕੌਣ ਕੌਣ ਆਇਆ ਤੁਹਾਡੇ ਮਾਮੂ ਅਤੇ ਬ੍ਰਦਰ ਚਲੋ ਠੀਕ ਹੈ ਜੀ ਰੈਡੀ ਹੋ ਜੀ ਪਿੱਛੇ ਪਿੱਛੇ ਆਉਂਦਾ ਮੇਰੇ ਚਾਲ ਵੇ ਤਾਈ ਵੇ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇ ਤਾਈ ਚੀਰੇ ਵਾਲੇ ਆ ਵੇਖਦਾ ਆਈ ਵੇ ਮੇਰਾ ਲੌਂਗ ਵਾਚ ਨਿਗਾਹ ਮਾਰ ਮੈਂ ਕਿਹਾ ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਵਾਚ ਪਿੱਛੇ ਪਿੱਛੇ ਆਉਂਦਾ ਮੇਰੇ ਚਾਲ ਵਿੰਦਾ ਆਈ ਵੇ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਿੰਦਾ ਚੀਰੇ ਵਾਲੇ ਆ ਵੇਖਦਾ ਆਈ ਵੇ ਮੇਰਾ ਲੌਂਗ ਵਾਚ ਨਿਗਾਹ ਮਾਰ ਮੈਂ ਕਿਹਾ ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਵਾਚ ਈਸ਼ਾ ਗੋਇਲ ਵੈਰੀ ਗੁੱਡ ਬੇਟਾ ਬਹੁਤ ਵਧੀਆ ਗਾਇਆ ਸੀ ਤੁਸੀਂ ਰਿਦਮ 'ਚ ਸੀਗੇ ਓਕੇ ਇੱਕ ਤੁਹਾਡੀ ਪ੍ਰੈਕਟਿਸ ਘੱਟ ਕੀਤੀ ਹੋਈ ਸੀ ਹਾਂਜੀ ਪ੍ਰੈਕਟਿਸ 1 ਵੀਕ ਕਰ ਰਹੇ ਹਾਂ ਪ੍ਰੈਕਟਿਸ ਘੱਟ ਸੀ ਤੁਸੀਂ ਥੋੜੇ ਨਰਵਸ ਲੱਗਦੇ ਸੀਗੇ ਕਪੜਾ ਇਹੀ ਜੇ ਤੁਸੀਂ ਖੁੱਲ੍ਹ ਕੇ ਗਾਇਆ ਹੁੰਦਾ ਐਨਰਜੀ ਹੁੰਦੀ ਤਾਂ ਗਾਣਾ ਕਾਫੀ ਅੱਛਾ ਹੋਣਾ ਸੀਗਾ ਇਸ ਤੋਂ ਕਾਫੀ ਜ਼ਿਆਦਾ ਅੱਛਾ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਸੰਪਰਕ ਕਰੋ ਡਾਕਟਰ ਰਵੀ ਗਰਗ ਕੈਨੇਡਾ ਗਵਰਨਮੈਂਟ ਤੇ ਕੈਨੇਡਾ ਐਂਬੈਸੀ ਦੇ ਮਨਜ਼ੂਰ ਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਪਾਇਨੀਅਰ ਇਮੀਗ੍ਰੇਸ਼ਨ 70613 70613